ਜਨ ਆਪਣੇ ਹਿਰਦੈ ਸਰਲ ਸੁਭਾਅ ਬਰਤੰਤ। ਹੁਣ ਕਵੀ ਜੀ ਬਦਲ ਕਰਦੇ ਨੇ, ਕਹਿੰਦੇ ਦੂਸਰੇ ਬੰਨੇ ਸ਼ਾਂਤੀ ਦੇ ਪੁੰਜ, ਧੰਨ ਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਠੰਡੇ ਸੁਭਾਅ ਵਾਲੇ ਜਿਹੜੇ ਲੋਕਾਂ ਨੂੰ ਤਾਰਦੇ ਨੇ ਅਤੇ ਲੋਕਾਂ ਨੂੰ ਕਿਰਪਾ ਕਰਦੇ ਨੇ, ਜਿਨ੍ਹਾਂ ਦਾ ਨਾਂ ਕਿਸੇ ਨਾਲ ਵੈਰ ਹੈ ਨਾ ਵਿਰੋਧ ਹੈ, ਜਿਹੜਾ ਵੀ ਸਤਿਗੁਰਾਂ ਦੇ ਘਰ ਦੇ ਵਿੱਚ ਆਉਂਦਾ ਹੈ ਸਤਿਗੁਰੂ ਜੀ ਉਹਦੇ ਉੱਪਰ ਰਹਿਮਤ ਕਿਰਪਾ ਕਰਦੇ ਹਨ। ਨਿਸ਼ਾਨੀ ਛੰਦ ਹਮਰੇ ਪਿਤ ਕੋ ਪੁੱਤਰ ਹੈ ਪੁਨ ਬੈਸ ਵਿਸ਼ਾਲਾ। ਹੁਣ ਵੇਖੋ ਇੱਕ ਬੰਨੇ ਬਾਬਾ ਪ੍ਰਿਥੀ ਚੰਦ ਜੀ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨਾਲ ਈਰਖਾ ਕਰਦੇ ਪਏ ਨੇ ਕਿ ਸਤਿਗੁਰਾਂ ਨੂੰ ਫੜਾਵਾਂਗਾ, ਗੁਰਤਾ ਗੱਦੀ ਦਾ ਮਾਲਕ ਬਣਾਂਗਾ, ਤੇ ਦੂਸਰੇ ਬੰਨੇ ਦੂਸਰਾ ਪੱਖ ਕਵੀ ਸੰਤੋਖ ਸਿੰਘ ਜੀ ਰੱਖਦੇ ਨੇ ਕਿ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਪ੍ਰਿਥੀ ਚੰਦ ਦੇ ਪ੍ਰਥਾਏ ਕੀ ਸੋਚਦੇ ਨੇ। ਕਹਿੰਦੇ ਕਿ ਸਾਡਾ ਵੱਡਾ ਭਰਾ ਏ ਤੇ ਸਾਡੇ ਪਿਤਾ ਸਤਿਗੁਰੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਇਹ ਪੁੱਤਰ ਹੈ। ਗੁਜਰ ਕੈ ਤਜ ਗਇਓ ਦੁਖਾਲਾ। ਕਹਿੰਦੇ ਦੁਖੀ ਹੋ ਕੇ ਇਸ ਪੁਰੀ ਇਸ ਨਗਰੀ ਤੋਂ ਉੱਜੜ ਕੇ ਚਲਾ ਗਿਆ ਏ, ਪਰ ਅਸੀਂ ਉਹਨੂੰ ਦੁੱਖ ਨਹੀਂ ਦਿੱਤਾ, ਉਹਨੇ ਆਪਣੇ ਆਪ ਹਿਰਦੇ ਦੇ ਅੰਦਰ ਦੁੱਖ ਪੈਦਾ ਕੀਤਾ ਹੈ ਅਤੇ ਇਸ ਨਗਰੀ ਨੂੰ ਛੱਡ ਕੇ ਤੁਰਿਆ। ਆਪ ਜਸ ਵੇਖ ਕੇ ਦਿਨ ਜੋ ਸੁਣ ਸਹਿਨ ਸਕਿਓ ਹੈ। ਕਹਿੰਦੇ ਆਪ ਜਸ ਦਾ ਅਖਰੀਅਤ ਕਿਸੇ ਦੀ ਨਿੰਦਿਆ ਹੁੰਦੀ। ਕਹਿੰਦੇ ਆਪਣਾ ਆਪ ਜਸ ਸਾਡਾ ਭਰਾ ਸਹਿ ਨਹੀਂ ਸਕਿਆ। ਜਿਹੜੀ ਜ਼ਹਿਰ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਣ ਦਾ ਯਤਨ ਕੀਤਾ ਸੀ, ਉਸ ਜ਼ਹਿਰ ਦੇ ਪ੍ਰਥਾਏ ਜਦੋਂ ਗੁਰੂ ਕੀਆਂ ਸੰਗਤਾਂ ਨੂੰ ਪਤਾ ਲੱਗਾ ਹੈ ਤੇ ਗੁਰੂ ਕੀਆਂ ਸੰਗਤਾਂ ਨੇ ਬਾਬਾ ਪ੍ਰਿਥੀ ਚੰਦ ਦੀ ਨਿੰਦਿਆ ਕੀਤੀ ਸੀ, ਤੇ ਜਿਹੜੀ ਨਿੰਦਿਆ ਹੋਈ ਹੈ ਅਪਜਸ ਗੁਰੂ ਕੀਆਂ ਸੰਗਤਾਂ ਨੇ ਕੀਤਾ ਹੈ, ਉਸ ਅਪਜਸ ਨੂੰ ਬਾਬਾ ਪ੍ਰਿਥੀ ਚੰਦ ਨੇ ਆਪਣੇ ਕੰਨਾਂ ਨਾਲ ਸਹਿਣ ਨਹੀਂ ਕੀਤਾ। ਇਸ ਕਰਕੇ ਦੁਖੀ ਹੋ ਕੇ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਤਿਆਗ ਕੇ ਹੇਹਰ ਪਿੰਡ ਦੇ ਅੰਦਰ ਜਾ ਕੇ ਡੇਰੇ ਲਾਏ ਹਨ। ਅਪਰ ਉਪਾਵਨ ਕੁਛ ਬਣਿਓ ਉੱਠ ਜਾਣ ਤੱਕਿਓ ਹੈ। ਕਹਿੰਦੇ ਅਪਰ ਹੋਰ ਕੋਈ ਉਪਾਵ ਨਹੀਂ ਨਿਕਲਿਆ ਤੇ ਇਸ ਨਗਰੀ ਨੂੰ ਛੱਡਣਾ ਉਹਨਾਂ ਨੇ ਭਲਾ ਸਮਝਣਾ ਕੀਤਾ ਹੈ ਅਤੇ ਇਸ ਨਗਰੀ ਨੂੰ ਛੱਡ ਕੇ ਤੁਰੇ ਹਨ। ਅਮਰੋ ਰਾਖਾ ਏਕ ਨਿਤ ਸ਼੍ਰੀ ਪ੍ਰਭ ਕਰ ਤਾਰਾ। ਕਹਿੰਦੇ ਸਾਨੂੰ ਸਾਡੇ ਭਰਾ ਨੇ ਦੁੱਖ ਦੇਣ ਦਾ ਯਤਨ ਤੇ ਕੀਤਾ ਹੈ, ਪਰ ਸਾਡਾ ਰਾਖਾ ਕੇਵਲ ਤੇ ਕੇਵਲ ਅਕਾਲ ਪੁਰਖ ਸਾਹਿਬ ਹੈ ਤੇ ਅਕਾਲ ਪੁਰਖ ਸਾਹਿਬ ਆਪਣੇ ਜਿਹੜੇ ਭਗਤ ਨੇ ਉਹਨਾਂ ਦੀ ਰੱਖਿਆ ਕਰਦੇ ਨੇ, ਉਹਨਾਂ ਤੇ ਤਰਸ ਕਰਦੇ ਨੇ, ਮਿਹਰਮਤ ਕਰਦੇ ਹਨ। ਗੁਰੂ ਕੌਣ ਕਰ ਸਾਖਿਆ ਹੋਏ ਬੰਕ ਨਾ ਬਾਰਾ। ਤੇ ਕਹਿੰਦੇ ਜਿਹਦੇ ਵੱਲ ਅਕਾਲ ਪੁਰਖ ਹੋਵੇ, ਜਾਮ ਗੁਰੂ ਹੋਏ ਵੱਲ ਤਨਹੀਂ ਕਿਆ ਗਾਰਬ ਦਿੱਤੇ, ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕਿੱਜੇ। ਕਹਿੰਦੇ ਜਦੋਂ ਕੋਈ ਕਿਸੇ ਗੁਰੂ ਕੇ ਸਿੱਖ ਦੇ ਗੁਰੂ ਵੱਲ ਹੋਵੇ ਨਾ, ਕਹਿੰਦੇ ਉਹਦਾ ਕਿਸੇ ਨੇ ਮਾੜਾ ਕੀ ਕਰਨਾ ਹੈ, ਮਾੜਾ ਕਰਨ ਦੀ ਤੇ ਬੜੀ ਦੂਰ ਦੀ ਗੱਲ ਹੈ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਅਬ ਹਕਾਰ ਕਰ ਤਿਸੀ ਕਹੋ ਪਰ ਬਿਖੈ ਬਸਾਵੇ। ਤੇ ਕਹਿੰਦੇ ਮੇਰਾ ਭਰਾ ਮੇਰੇ ਨਾਲ ਨਾਰਾਜ਼ ਹੋ ਕੇ ਰੁੱਸ ਕੇ ਚਲਾ ਗਿਆ ਹੈ, ਪਰ ਮੇਰੇ ਹਿਰਦੇ ਦੇ ਅੰਦਰ ਸ਼ਾਂਤੀ ਨਹੀਂ ਆ ਰਹੀ ਮਹਾਰਾਜ ਸਾਹਿਬ। ਕਹਿੰਦੇ ਕਿਉਂਕਿ ਮੇਰਾ ਭਰਾ ਮੇਰੇ ਨਾਲੋਂ ਵਿਛੜ ਕੇ ਚਲਾ ਗਿਆ ਹੈ। ਮਹਾਰਾਜ ਸਾਹਿਬ ਕਹਿੰਦੇ ਹੁਣ ਮੈਂ ਯਤਨ ਕਰਾਂਗਾ, ਆਪਣੇ ਭਰਾ ਨੂੰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੈ ਕੇ ਆਵਾਂਗਾ। ਹੁਣ ਵੇਖੋ ਕਿਰਪਾ ਅਤੇ ਬਖਸ਼ਿਸ਼ ਦੀ ਕਿਸ ਤਰ੍ਹਾਂ ਦੀ ਹਾਲਤ ਹੈ, ਉਹ ਬਖਸ਼ਿਸ਼ ਹਿਰਦੇ ਦੀ ਪੁਕਾਰ ਕਿੱਦਾਂ ਦੀ ਹੁੰਦੀ ਹੈ, ਅਤੇ ਜਿਸ ਵਿਅਕਤੀ ਦਾ ਗੁਰੂ ਨਾਲੋਂ ਫਾਸਲਾ ਪੈ ਚੁੱਕਾ, ਦੂਰੀ ਬਣ ਚੁੱਕੀ, ਉਹਦੀ ਸੋਚਣੀ ਕਿੱਦਾਂ ਦੀ ਹੁੰਦੀ ਹੈ। ਉਹ ਦਿਨ ਤੇ ਰਾਤ ਨਿੰਦਿਆ ਕਰਦਾ ਹੈ, ਮਾਰਨ ਦੀ ਘਾਤ ਕਰਦਾ ਹੈ, ਫੜਾਉਣ ਦੀ ਗੱਲ ਕਰਦਾ ਹੈ, ਅਤੇ ਧੰਨ ਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਜਪਿਓ ਦਿਨ ਅਰਜਨ ਦੇਵ ਗੁਰੂ ਫਿਰ ਸੰਕਟ ਯੋਨ ਗਰਭ ਨਾ ਆਇਓ। ਐਸੇ ਦੀਨ ਦੁਨੀਆ ਦੇ ਮਾਲਕ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਕਿਰਪਾ ਕਰਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਐਸੀ ਵਿਚਾਰ ਕਰਦੇ ਨੇ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਹਿੰਦੇ ਐਸੇ ਸਤਿਗੁਰੂ ਸ਼ਾਂਤੀ ਦੇ ਪੁੰਜ, ਕਹਿੰਦੇ ਨੇ ਮੇਰਾ ਭਰਾ ਮੇਰੇ ਨਾਲੋਂ ਵਿਛੜ ਕੇ ਚਲਾ ਗਿਆ ਹੈ, ਉਹ ਅਪਜਸ ਭਾਵ ਆਪਣੀ ਨਿੰਦਿਆ ਬਰਦਾਸ਼ਤ ਨਹੀਂ ਕਰ ਸਕਿਆ, ਪਰ ਮੈਂ ਯਤਨ ਕਰਾਂਗਾ
अपने भरा नूं वापस इस गुरु की नगरी विच लैके आवांगा। देह बढ़ाई तहे बहु कह जस हर कावै। कहिंदे जिस तरह हुण मेरा भरा चाहुंदा है कि मैं खुश रहांगा, ओही वड्याई मैं देवांगा ते अपने भरा नूं खुश करके वापस श्री अमृतसर साहब की धरती ते लैके आवांगा। उजड़ो विहीर जो फिरतै हमरी भी निंदा। कहिंदे कि ओह इत्थों उजड़िया है भाव चला गया है अते लोकां दे कोल जाके साडी भी निंदिया करदा है। नहीं भांत को पिक सकै काढ्यो कर चिंदा। ते कहिंदे खिरदे दे अंदर ओहदे दिन प्रति दिन चिंता लगी रहिंदी खै। दीनी पिता ने नगरी इनशीनी। ते कहिंदे सतगुरु गुरु रामदास सते पातशाह महाराज ने गुरता गद्दी दे मालक बनाउणा कीता है अते जे मैं अपने भरा नूं वापस नहीं लिआउंदा ते गुरु कीआं संगतां मेरी भी निंदा करनगीआं कि अपने भरा नूं इस नगरी तों घला दित्ता है, भजा दित्ता है, मैं वापस लिआवांगा। जो मेरा भरा मेरे कोलों मंगेगा, जिस तरह खुश रहेगा, ते इतों तक सतगुरु जी वचन करते ने मैं अपने भरा की वड्डे भरा की आग्या विच रहांगा, जिस तरह मेरा वड्डा भरा खुश होवेगा मैं उस तरह यतन करांगा। सतगुरु जी कृपा करन, बख्शिश करन, तरस करन, इन्नी कु सेवा नूं प्रवान करियो। जिन्नियां संगतां ने सतगुरां दे घर दे विच आ के हाजरी लवाई है, सतगुरु जी सब संगत की हाजरी प्रवान करन, कदम कदम लेखी बदलाउण, सतगुरु जी सब संगत नूं लोक परलोक दे सुख बख्शण। सब संगतां दा इसी तरह सतगुरां दे चरणां नाल प्यार बणिया रहे। दासड़ियां दे पासों विचारां करदिआं एक नहीं अनेक प्रकार दीआं भुल्लां चुक्कां गलतियां होईआं हन, अणजाण समझ के माफ करिओ, अगे तों सोते स्पष्ट विचारां करन दी बल दी बुद्धि बख्शिओ। सो आओ हुण समां हो चुका है गुरु की पावन बाणी दे कीर्तनां दा। गुरु की पावन बाणी दे कीर्तन सरवण करके होर आनंद लाहा प्राप्त करिए। अति बेनती है गुरमुखो, बहुत ही सत्कारयोग सिंह साहिब ज्ञानी जगतार सिंह जी, श्री हरिमंदर साहब जी दे जो हैड ग्रंथी हन, वह 16 तरीक नूं अपने पास गुरु घर पहुँच रहे हैं। सो सब संगतां नूं बेनती है कि सिंह साहब ज्ञानी जगतार सिंह जी 16 तरीक नूं अपनी कथा इत्थे आरंभ करनगे। 16, 17, 18, 19, 20 तरीक नूं ज्ञानी सिंह साहिब ज्ञानी जगतार सिंह जी आप जीआं नूं कथा दे द्वारा निहाल करनगे। सो सब संगतां नूं बेनती है कि इन्हां दिनां दे अंदर आ के ज्ञानी जी दे पासों गुरु की पावन बाणी दीआं विचारां सरवण करके आनंद लाहा प्राप्त करो जी। अते आओ इस प्रसंग दीआं 2 पंक्तियां पढ़ के विचार की समाप्ति करिए जी। गुरता दीनी पिता ने नगरी इनशीनी, देख सके निकट भी कड़ बाधा कीनी।